ਪ੍ਰੋਬਲਮ ਤਾਂ ਜੀ ਸਭ ਤੋਂ ਬੜੀ ਅਨਾਜ ਦੀ ਹੋ ਜੀ, ਜਿਹੜੇ ਅਨਾਜ ਨੂੰ ਅੱਜ ਦੇ ਟਾਈਮ ਦੇ ਇਹ ਦਿਨ ਤਿਉਹਾਰਾਂ ਦੇ ਵਿੱਚ ਇਸੇ ਜ਼ਿਮੀਦਾਰ ਦੇ ਉਹਦੇ ਨਾਲ ਰੱਬ ਖੁਸ਼ ਹੁੰਦਾ ਅਤੇ ਉਰੇ ਦੀ ਦੁਨੀਆਦਾਰੀ ਚੱਲ ਰਹੀ ਆ ਅਤੇ ਅਨਾਜ ਨੂੰ ਰੱਬ ਵਾਂਗੂ ਪੂਜ ਕੇ ਅਤੇ ਇਹੀ ਇਨਸਾਨ ਅੱਜ ਉਸੇ ਅਨਾਜ ਨੂੰ ਸਾਡੇ ਨਾਲ ਝੂਠੇ ਵਾਅਦੇ ਕਰਕੇ ਅਤੇ ਸਾਡਾ ਅਨਾਜ ਰੁਲ ਰਿਹਾ ਅਤੇ ਉਹ ਸੜਦਾ ਏ ਗਲਦਾ ਏ ਅਤੇ ਉਹ ਕਿਸੇ ਦੇ ਖਾਣ ਦੇ ਲਾਇਕ ਨਹੀਂ ਰਹਿਣਾ ਹੈਗਾ। ਅਤੇ ਸਾਡੇ ਨਾਲ ਪਰਸੋਂ ਚੌਥੇ ਵੀ ਇਹਨਾਂ ਨੇ ਵਾਅਦਾ ਕੀਤਾ ਸੀਗਾ ਵੀ ਭਾਈ ਅਸੀਂ ਚੱਕਦੇ ਹਾਂ। ਅਤੇ ਦੇਖੋ ਜੀ, ਐਸੀ ਕੋਈ ਬੀਜ, ਕੋਈ ਖਾਦਾਂ, ਕੋਈ ਸਮਾਨ ਆਪਣੇ ਘਰ ਤੋਂ ਨਹੀਂ ਲਿਆਏ, ਸਾਰੇ ਸਰਕਾਰੀ ਅਦਾਰਿਆਂ ਤੋਂ ਆਇਆ। ਅਤੇ ਸਰਕਾਰੀ ਅਦਾਰੇ ਅੱਜ ਕਹਿੰਦੇ ਆ ਤੁਸੀਂ ਚੌਲ ਨਾ ਲਾਓ, ਤੁਸੀਂ ਪਾਣੀ ਤੋਂ ਤੰਗ ਹੈ, ਪਾਣੀ ਥੱਲੇ ਚੱਲ ਗਿਆ, ਸਾਰਾ ਕੁਛ ਹੋ ਗਿਆ ਜੀ, ਇਹ ਫਿਰ ਸ਼ੈਲਰ ਕਾਹਤੇ ਲਾਉਂਦੇ, ਇੰਨੀ ਖਾਦ ਕਿਉਂ ਤਿਆਰ ਕਰਦੇ ਆ, ਅਤੇ ਸਾਨੂੰ ਜਿਹੜਾ ਇਹ ਇੰਨਾ ਬੀਜ ਮੁਹੱਈਆ ਕਰਾਉਂਦੇ ਉਹ ਕਿਸ ਚੀਜ਼ ਵਾਸਤੇ ਕਰਾਉਂਦੇ? ਸਾਡੇ ਕੋਲੋਂ ਇਹੋ ਜਿਹਾ ਕੰਮ ਕਰਵਾਉਂਦੀ ਕਿਉਂ ਆ ਸਰਕਾਰ, ਵੀ ਜਿਹਦੇ ਨਾਲ ਕਿ ਅੱਜ ਅਸੀਂ ਆਪਣੇ ਆਪ ਤੋਂ ਵੀ ਦੁਖੀ ਹੋ ਜਾਈਏ। ਕਿਹੜੀ ਜੀਰੀ ਹੈ ਜਿਹੜੀ ਨਹੀਂ ਚੱਕੀ ਜਾ ਰਹੀ? ਜਾਂ ਇਹ ਕੋਈ ਵੀ ਨਹੀਂ ਜੀ ਚੱਕਦੇ ਹੈਗੇ, ਕੁਛ ਨਹੀਂ ਹੈਗਾ ਜੀ। ਇਹਨਾਂ ਨੇ ਪਰਸੋਂ ਚੌਥੇ ਆ ਕੇ ਕਿਹਾ ਸੀਗਾ ਵੀ ਅਸੀਂ ਭਰਾਂਗੇ, ਅਤੇ ਹੁਣ ਜਦੋਂ ਅੰਦਰ ਆਉਂਦੇ ਆ ਜੀ ਅਤੇ ਅੰਦਰ ਉਹ ਕਹਿੰਦੇ ਆ ਭਾਈ ਜਿਹੜੀ ਭਰੀ ਆ ਉਹਨੂੰ ਕੋਈ ਚੱਕਦਾ ਨਹੀਂ। ਅਤੇ ਹੁਣ ਜੀ ਇਹ ਕਿਹਾ ਇਹ ਅਸੀਂ ਖੇਤ ਦੇ ਵਿੱਚੋਂ ਉਗਾਉਣ ਤੋਂ ਲੈ ਕੇ ਉਰੇ ਤੋਂ ਚੌਲ ਕੁੱਟਣ ਤੱਕ ਇੱਕ ਜ਼ਿਮੀਦਾਰ ਜ਼ਿੰਮੇਵਾਰ ਹੈ ਕਿ ਅਸੀਂ ਸ਼ੈਲਰ ਆਪਣੇ ਲਾ ਲਈਏ? ਸਾਡੇ 'ਚ ਤਾਂ ਇੰਨੀ ਹੈਸੀਅਤ ਨਹੀਂ ਹੈਗੀ ਜੀ। ਸਾਡੇ ਕੋਲ ਤਾਂ ਜ਼ਿਮੀਦਾਰ ਕੋਲ ਕਿਸੇ ਕੋਲ ਟਰੈਕਟਰ ਟਰਾਲੀ ਵੀ ਮੰਗ ਕੇ ਲੈ ਕੇ ਆਉਂਦੇ ਆ ਕਿ ਅਸੀਂ ਆਪਣੀ ਫਸਲ ਨੂੰ ਕਿਵੇਂ ਨਾ ਕਿਸੇ ਆਪਣੇ ਪੜੋਸੀ ਦੀ ਮਦਦ ਨਾਲ ਮੰਡੀਕਰਨ ਕਰ ਦਈਏ। ਅਤੇ ਇਹ ਲੋਕ ਸਾਨੂੰ ਮੂਹਰੇ ਕਰਦੇ ਆ ਵੀ ਸਾਡੇ ਸਿਰ ਦੇ ਉੱਪਰ ਰੋਟੀਆਂ ਸੇਕਣ, ਕਿਉਂਕਿ ਪੜ੍ਹੇ ਲਿਖੇ ਆ ਸਾਰੇ। ਅਤੇ ਸ਼ੈਲਰਾਂ ਦੀਆਂ ਸ਼ਰਤਾਂ ਸਰਕਾਰ ਨਾਲ ਅਤੇ ਆੜ੍ਹਤੀਆਂ ਦੀਆਂ ਸ਼ਰਤਾਂ ਇਹਨਾਂ ਦੇ ਆਪਣੇ ਦਫ਼ਤਰ ਅਦਾਰਿਆਂ ਨਾਲ, ਇਹ ਸਭ ਦਾ ਇੱਕ ਹੈ ਜੀ। ਅਤੇ ਫਿਰ ਹੁਣ ਐਸੀ ਜਿਹੜੀ ਸਾਤੋਂ ਫਸਲ ਲਵਾਈ ਗਈ, ਐਸੀ ਜਿਹੜੇ ਇੰਨੇ ਮਹਿੰਗੇ ਖਾਦ, ਬੀਜ, ਦਵਾਈਆਂ, ਸਪਰੇਆਂ ਜਿਨ੍ਹਾਂ ਦੀਆਂ ਕੀਮਤਾਂ ਵੱਧ ਕੇ ਸਰਕਾਰਾਂ ਨੂੰ ਟੈਕਸ ਜਾਂਦਾ, ਉਦੋਂ ਸਰਕਾਰ ਦੀਆਂ ਅੱਖਾਂ ਨਹੀਂ ਗਿਆ ਖੁੱਲਦੀਆਂ ਵੀ ਕਿਆ ਇਹ ਜ਼ਿਮੀਦਾਰ ਸਾਨੂੰ ਕਮਾਈ ਨਹੀਂ ਦਿੰਦਾ? ਅਤੇ ਹੁਣ ਕਿਹਾ ਜੀ ਜ਼ਿਮੀਦਾਰ ਇਹਨਾਂ ਨੂੰ ਇਹ ਚੌਲ ਕੁੱਟ ਕੇ ਵੇਚੇ। ਹੁਣ ਤੁਸੀਂ ਦੱਸੋ ਜੀ ਵੀ ਇਹ ਇਨਸਾਨੀਅਤ ਕਿਸ ਹੱਦ ਤੱਕ ਚੰਗੀ ਆ? ਇਹਨੂੰ ਅੱਜ ਆਜ਼ਾਦ ਹੋਣ ਦੇ ਬਾਵਜੂਦ ਇੱਕ ਗੁਲਾਮੀ ਮਹਿਸੂਸ ਕਰਵਾ ਦਿੱਤੀ ਆ ਬਸ। ਅਤੇ ਸਾਡਾ ਹੁਣ ਇੰਨਾ ਕੁ ਮਨ ਦੁਖੀ ਆ ਜੀ ਵੀ ਇਸ ਚੀਜ਼ ਦਾ ਇਹ ਹੱਲ ਕਰ ਲੈਣ ਤਾਂ ਬਹੁਤ ਵਧੀਆ ਹੈ, ਨਹੀਂ ਆਉਣ ਵਾਲਾ ਸਮਾਂ ਉਸ ਤੋਂ ਹਰ ਇੱਕ ਇਨਸਾਨ ਜਾਣੂ ਹੈ। ਅਗਲਾ ਪ੍ਰੋਟੈਸਟ ਦਾ ਜੀ ਇਹ ਤਾਂ ਸਰਕਾਰਾਂ ਨੇ ਜਿਸ ਤਰ੍ਹਾਂ ਲਵਾ ਕੇ ਤੰਗ ਕਰਕੇ ਧਰਨਿਆਂ ਤੱਕ ਪਹੁੰਚਾ ਤੇ, ਹੋਰ ਤੰਗ ਕਰ ਲੂੰਗੀ ਜੀ, ਫਿਰ ਆਪ ਵੀ ਮਰ ਜੂੰਗੇ, ਹੋਰ ਨੂੰ ਵੀ ਦੋ ਚਾਰ ਨੂੰ ਮਾਰ ਦੇਵਾਂਗੇ। ਇਨਸਾਨੀਅਤ ਨਾਲ ਚੱਲਦੀ ਹੈ ਅਤੇ ਇਹਨਾਂ ਲੋਕਾਂ ਦੀ ਪੜ੍ਹਾਈ ਲਿਖਾਈ ਨਾਲ ਇਨਸਾਨੀਅਤ ਮਾਰਤੀ ਹੈ, ਕਿਉਂਕਿ ਇੱਥੇ ਉਰੇ ਜਦ ਵੀ ਕਿਤੇ ਕੋਈ ਵੀ ਕੋਈ ਖੜਦਾ, ਕੋਈ ਰੋਕਦਾ ਹੈ, ਉੱਥੇ ਪੜ੍ਹੇ ਲਿਖੇ ਆ ਕੇ ਪੜ੍ਹਾਈ ਲਿਖਾਈ ਦਾ ਜਾਂ ਵੱਡੇ ਅਫਸਰਾਂ ਦਾ ਦਬਦਬਾ ਜਾਂ ਕੋਈ ਅਗਲਾ ਕਹਿੰਦਾ ਯਾਰ ਤੂੰ ਆਪਣੀ ਵੇਚ ਕੇ ਜਾ, ਪਰ ਇਨਸਾਨੀਅਤ ਤਾਂ ਮਰ ਗਈ ਨਾ ਜੀ। ਕੀ ਨਾਮ ਹੈ ਆਪਣਾ ਜੀ? ਮੇਰਾ ਨਾਮ ਹਰਦੀਪ ਸਿੰਘ ਹੈ ਜੀ। ਦੇਖੋ ਜੀ, ਮੇਨ ਜਿਹੜੀ ਸਾਡੇ ਉਰੇ ਹੁਣ ਇਸ ਟਾਈਮ ਪੰਜਾਬ ਦੇ ਵਿੱਚ ਸਾਰੇ ਜੇ ਪ੍ਰੋਬਲਮ ਚੱਲ ਰਹੀ ਹੈਗੀ ਆ ਜੀ, ਜਿਹੜੀ ਹੈਗੀ ਹਾਈਬ੍ਰਿਡ ਦੀ, ਉਹਦੇ ਵਿੱਚ ਗੱਲ ਇਹ ਹੈ ਵੀ ਸ਼ੈਲਰ ਵਾਲੇ ਆਪਣੀ ਜਗ੍ਹਾ ਸੱਚੇ ਆ ਜੀ, ਕਿਉਂਕਿ ਉਹਨਾਂ ਨੇ ਆਪਣੀ ਦੁਕਾਨਦਾਰੀ ਦੇ ਬਾਰੇ ਸੋਚਣਾ ਵੀ ਜਿਹੜਾ ਨਹੀਂ ਸਹੀ ਹੈਗਾ ਬੀਜ, ਉਹ ਇਲਜ਼ਾਮ ਲਾਉਂਦੇ ਆ ਬਈ ਤੁਸੀਂ ਜ਼ਿਮੀਦਾਰਾਂ ਨੇ ਉਹ ਕਿਉਂ ਬੀਜਿਆ, ਇੰਨਾ ਮਹਿੰਗਾ ਬੀਜ ਲੈ ਕੇ ਉਹ ਕਿਉਂ ਬੀਜਿਆ, ਜਦਕਿ ਅਸੀਂ ਸਾਰੀ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕਣਕ ਤੋਂ ਟਾਈਮ ਦੇ ਵਿੱਚ ਕਣਕ ਦੇ ਟਾਈਮ ਦੇ ਵਿੱਚ ਅਸੀਂ ਇਕੱਲੀ ਇਕੱਲੀ ਦੁਕਾਨ ਦੇ ਮੂਹਰੇ ਲਿਖ ਕੇ ਲਾਇਆ ਹੋਇਆ ਤਾ ਬਈ ਭਾਈ ਹਾਈਬ੍ਰਿਡ ਨਾ ਬੀਜੋ, ਹਾਈਬ੍ਰਿਡ ਨਾ ਬੀਜੋ, ਜਿਹੜੇ ਮਾਨਤਾ ਪ੍ਰਾਪਤ ਬੀਜ ਹੈਗੇ ਆ ਉਹ ਬੀਜੋ। ਉਹਦੇ 'ਚੋਂ ਗੱਲ ਇਹ ਆ ਜੀ, ਜਿਹੜੇ ਸਾਡੇ ਕਿਸਾਨ ਹੈਗੇ ਆ ਇਹਨਾਂ ਨੂੰ ਇੰਨੀ ਜਾਣਕਾਰੀ ਹੈ ਨਹੀਂ, ਇਹਨਾਂ ਨੂੰ ਤਾਂ ਜਿਹੜਾ ਦੁਕਾਨਦਾਰ ਨੇ ਦੇ ਦਿੱਤਾ ਬੀਜ ਵੀ ਦਾ ਝਾੜ ਵਧੀਆ ਹੈਗਾ ਏ, ਉਹਨਾਂ ਨੂੰ ਤਾਂ ਹਾਈਬ੍ਰਿਡ ਦਾ ਪਤਾ ਹੀ ਨਹੀਂ ਹੈਗਾ। ਉਹਨਾਂ ਦੇ ਜ਼ਿਮੀਦਾਰ ਆਮ ਜਿਹੜੇ ਹੈਗੇ ਉਹਨਾਂ ਦੇ ਸਾਹਮਣੇ ਤਾਂ ਜੋ ਮਰਜ਼ੀ ਰੱਖ ਲਓ, ਉਹਨਾਂ ਨੂੰ ਤਾਂ ਸਿਰਫ ਇੱਕ ਪਤਾ ਹੈਗਾ ਵੀ ਜੀਰੀ ਆ, ਨਾ ਤਾਂ ਕੁਆਲਿਟੀ ਦਾ ਪਤਾ ਹੈਗਾ ਏ। ਉਹਨਾਂ ਨਾਲ ਧੋਖੇਬਾਜ਼ੀ ਜਿਹੜੀ ਕਰੀ ਆ ਇਹ ਦੁਕਾਨਦਾਰਾਂ ਨੇ ਕਰੀ ਆ ਜ਼ਿਆਦਾ ਸਭ ਤੋਂ, ਕਿਉਂਕਿ ਪਿਛਲੇ ਸਾਲ ਇਹ ਲਗਭਗ 15-17% ਜਿਹੜਾ ਹਾਈਬ੍ਰਿਡ ਬੀਜਿਆ ਹੋਇਆ ਤਾ ਪਿਛਲੇ ਸਾਲ ਸ਼ੈਲਰ ਵਾਲੇ ਨੇ ਰਜਿਸਟਰਮੈਂਟ ਜੋ ਹੈਗੀ ਕਰੀ ਹੈਗੀ ਆ ਜੀ। ਜਿਹੜਾ ਹੁਣ ਇਸ ਟਾਈਮ ਹੈਗੀ ਆ, ਇਸ ਟਾਈਮ 80-85% ਹੈਗਾ ਜੀ ਜਿਹੜਾ ਹਾਈਬ੍ਰਿਡ ਬੀਜਿਆ ਹੋਇਆ ਹੈ। ਈਵਨ ਕਿ ਜਿਹੜੇ ਸਾਡੇ ਆੜ੍ਹਤੀ ਵੀ ਆ ਇਹਨਾਂ ਨੂੰ ਵੀ ਨਹੀਂ ਕੁਆਲਿਟੀ ਦਾ ਪਤਾ ਹੈਗਾ, ਜ਼ਿਮੀਦਾਰ ਨੂੰ ਤਾਂ ਭਲਾ ਕੁਆਲਿਟੀ ਦਾ ਪਤਾ ਕਿਆ ਹੋਣਾ ਹੈ। ਹੁਣ ਬੇਨਤੀ ਇਹ ਆ ਸ਼ੈਲਰ ਵਾਲੇ ਕੋਲ ਜਗ੍ਹਾ ਹੈ ਨਹੀਂ, ਉਹ ਆਪਣੀ ਜਗ੍ਹਾ ਸੱਚੇ ਆ, ਕਿਸਾਨ ਆਪਣੀ ਜਗ੍ਹਾ ਸੱਚੇ ਹੈਗੇ ਆ ਵੀ ਸਾਡਾ ਕਸੂਰ ਕਿਆ ਏ। ਜਿਹੜੀ ਸਾਡੀ ਸਰਕਾਰ ਆ ਜਿਹਨੂੰ ਅਸੀਂ ਇੰਨੀ ਬਹੁਮਤ ਦੇ ਕੇ ਸਰਕਾਰ ਬਣਾਈ ਹੈਗੀ ਆ, ਉਹਦੇ ਕੰਨ 'ਤੇ ਜੂ ਨਹੀਂ ਸਰਕਦੀ ਹੈਗੀ।
ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਿੱਕਣ ਅਸੀਂ ਉਰੇ ਜਾਮ ਕਰਦੇ ਹਾਂ ਜੀ, ਸਾਨੂੰ ਅਫਸਰ ਸਾਹਿਬਾਨ ਸਾਡੇ ਡੀ ਸੀ ਸਾਹਿਬਾਨ ਜਾਂ ਐੱਸ ਡੀ ਐੱਮ ਸਾਹਿਬਾਨ ਸਾਡੇ ਸਤਿਕਾਰਯੋਗ ਆ ਕੇ ਇੱਥੇ ਲਿਖ ਕੇ ਦੇ ਦਿੰਦੇ ਹਾਂ, ਉਹਦੀ ਕੋਈ ਵੈਲਿਊ ਨਹੀਂ ਜੀ ਹੈਗੀ। ਉਹਨਾਂ ਨੇ ਸਿਰਫ ਇੱਕ ਟਾਈਮ ਚੁਕਾਉਣਾ, ਟਾਈਮ ਟਪਾਉਣਾ ਹੁੰਦਾ ਵੀ ਲੋਕ ਟ੍ਰੈਫਿਕ ਰੋਕੇ ਤੋਂ ਤੰਗ ਨਾ ਹੋਵੇ, ਹੋਰ ਉਹਨਾਂ ਦੀ ਕੋਈ ਵੈਲਿਊ ਨਹੀਂ ਹੈਗੀ। ਸੈਲਰ ਵਾਲੇ ਜਿਹੜੇ ਹੈਗੇ ਆ ਉਹ ਬਿਲਕੁਲ ਅੜੇ ਹੋਏ ਆ ਵੀ ਅਸੀਂ ਇੱਕ ਵੀ ਦਾਣਾ ਹਾਈਬ੍ਰਿਡ ਦਾ ਨਹੀਂ ਚੱਕਣਾ ਹੈਗਾ, ਜੋ ਮਰਜ਼ੀ ਹੋ ਜਾਵੇ। ਇਸੀ ਕਾਰਨ ਕਰਕੇ ਸੈਲਰ ਵਾਲਿਆਂ ਦੇ ਜਿਹੜੇ ਐਗਰੀਮੈਂਟ ਹੋਣੇ ਹੈਗੇ ਅਤੇ ਸਰਕਾਰ ਦੇ ਨਾਲ ਐਗਰੀਮੈਂਟ ਵੀ ਨਹੀਂ ਹੋਏ ਹੈਗੇ ਇਹ ਕਾਰਨ ਕਰਕੇ। ਹੁਣ ਜੀ ਮੇਨ ਗੱਲ ਜਿਹੜੀ ਹੈਗੀ ਆ, ਕਿਸਾਨ ਜਾਵੇ ਤਾਂ ਵਿਚਾਰਾ ਜਾਵੇ ਕਿੱਥੇ ਨੂੰ, ਮਸਲਾ ਹੈਗਾ ਵੀ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਵੀ ਇਹਦਾ ਹੱਲ ਸਰਕਾਰ ਦੇ ਤੌਰ 'ਤੇ ਹੋਣਾ ਚਾਹੀਦਾ ਹੈ, ਨਹੀਂ ਤਾਂ ਜਿਹੜਾ ਇੱਕ ਸਿਰਫ ਸਾਡੇ 9 ਮਾਸ ਦਾ ਰਿਸ਼ਤਾ ਹੈਗਾ ਕਿਸਾਨਾਂ ਦਾ ਔਰ ਆੜ੍ਹਤੀਆਂ ਦਾ, ਇਹਦੇ ਵਿੱਚ ਸ਼ਰਾਰਤੀ ਅਨਸਰ ਜਿਹੜੇ ਕਈ ਕਹਿ ਰਹੇ ਹਾਂ ਬਈ ਜੀ ਆੜ੍ਹਤੀ ਨੇ ਕੱਟ ਲਾ ਕੇ ਸਾਡਾ ਕੱਟ ਲਾ ਕੇ ਉਹ ਗੱਲ ਕਰਦਾ, ਆੜ੍ਹਤੀ ਨੂੰ ਕੋਈ ਅਧਿਕਾਰ ਨਹੀਂ ਹੈਗਾ ਵੀ ਉਹ ਕੱਟ ਲਾ ਦੂਗਾ ਕਿਸੇ ਦਾ, ਨਾ ਕੋਈ ਇਹ ਗੱਲ ਹੈਗੀ ਆ। ਅਗਰ ਕੋਈ ਆੜ੍ਹਤੀ ਵੀਰ ਵੀ ਇਹੋ ਜਿਹੀ ਕੋਈ ਹਰਕਤ ਕਰੂਗਾ ਉਹਦੇ ਖਿਲਾਫ਼ ਵੀ ਪਰਚਾ ਹੋਣਾ ਹੈ। ਸਰਕਾਰ ਦੀਆਂ ਸਖ਼ਤ ਹਦਾਇਤਾਂ ਆ ਗਈਆਂ, CID ਮੰਡੀਆਂ ਦੇ ਵਿੱਚ ਘੁੰਮ ਰਹੀ ਆ ਇਸ ਟਾਈਮ, ਉਹ ਹਰੇਕ ਪੱਖੋਂ ਦੇਖ ਰਹੀ ਆ। ਜੇ ਕੋਈ ਸ਼ੈਲਰ ਵਾਲਾ ਵੀ ਇਸ ਤਰ੍ਹਾਂ ਦੀ ਕੋਈ ਹਰਕਤ ਕਰਦਾ ਹੈਗਾ, ਸ਼ੈਲਰ ਯੂਨੀਅਨ ਵੱਲੋਂ ਵੀ ਸਾਡੀ ਆੜ੍ਹਤੀ ਐਸੋਸੀਏਸ਼ਨ ਵੱਲੋਂ ਵੀ ਇਸ ਚੀਜ਼ ਦੀ ਸਖ਼ਤ ਅਸੀਂ ਨਿਖੇਧੀ ਕਰਦੇ ਹਾਂ। ਮੈਂ ਇੱਕ ਹੋਰ ਬੇਨਤੀ ਕਰਦਾ ਕਿਸਾਨ ਭਰਾਵਾਂ ਨੂੰ ਵੀ ਆਪਾਂ ਜਦ ਨਾ ਕਿਤੇ ਬੋਲਦੇ ਹੈਗੇ ਹਾਂ, ਆਪਾਂ ਨੂੰ ਇੱਕ ਮਰਿਆਦਾ ਦੇ ਵਿੱਚ ਰਹਿ ਕੇ ਬੋਲਣਾ ਚਾਹੀਦਾ ਹੈ। ਕਿਸੇ ਦੇ ਬਾਰੇ ਮਾੜਾ ਚੰਗਾ ਜਾਂ ਕੋਈ ਗਲਤ ਸ਼ਬਦ ਨਾ ਬੋਲੋ। ਸਿਆਣਿਆਂ ਨੇ ਬਾਬਾ ਨਾਨਕ ਸਾਹਿਬ ਨੇ ਕਿਹਾ ਹੋਇਆ ਵੀ ਪਹਿਲਾਂ ਤੋਲੋ ਫੇਰ ਬੋਲੋ। ਮੈਂ ਤਾਂ ਇਹੀ ਬੇਨਤੀ ਕਰੂੰਗਾ ਵੀ ਕਿਸੇ ਨੂੰ ਆਪਾਂ ਆਪਸ ਦੇ ਵਿੱਚ ਨਾ ਕਿਸੇ ਪਰ ਇਲਜ਼ਾਮ ਲਾ ਜਾਈਏ, ਦੂਛਣਬਾਜ਼ੀ ਕਰੀਏ ਹੈਗੇ ਵੀ ਆੜ੍ਹਤੀ ਐਂ ਕਰ ਰਹੇ ਹਾਂ ਐਂ ਕਰ ਰਹੇ ਹਾਂ। ਅਸੀਂ ਤੁਹਾਡੇ ਨਾਲ ਮਨ ਨਾਲ ਤਨ ਨਾਲ ਤੁਹਾਡੇ ਨਾਲ ਹੈਗੇ ਹਾਂ। ਜਿਹੜੀ ਇਹ ਸਮੱਸਿਆ ਹੈਗੀ ਆਪਾਂ ਨੇ ਸ਼ਾਂਤਮਈ ਰਹਿ ਕੇ ਐਨ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਇਸ ਦਾ ਟਾਕਰਾ ਕਰਨਾ ਹੈਗਾ ਹੈ। ਅਸੀਂ ਹਰ ਸਮੇਂ ਤੁਹਾਡੇ ਨਾਲ ਸਹਿਯੋਗ ਕਰਨ ਨੂੰ ਤਿਆਰ ਹਾਂ।